ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਤਰਨ ਤਾਰਨ ਦੀ ਅਨਾਜ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸਤਸੰਗ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸਰਵਣ ਗਿੱਲ ਆਪਣੀ ਸਮੁੱਚੀ ਟੀਮ ਨਾਲ ਸਮਾਗਮ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਤਰਨ ਤਾਰਨ ਦੀ ਇਕਾਈ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਮਾਗਮ ਵਿੱਚ ਭਗਵਾਨ ਵਾਲਮੀਕਿ ਜੀ ਦੇ ਸਤਸੰਗ ਕਰਨ ਲਈ ਕਪੂਰਥਲਾ ਤੋਂ ਨਿਰਮਲ ਗਿੱਲ ਭਜਨ ਮੰਡਲੀ ਪਹੁੰਚੀ ਜਿਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੀ ਕਥਾ ਦਾ ਗੁਣਗਾਨ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਸਰਵਣ ਗਿੱਲ ਨੇ ਕਿਹਾ ਕਿ ਇਹ ਸਮਾਗਮ ਕਰਾਉਣ ਦਾ ਮਤਲਬ ਇਹ ਹੈ ਕਿ ਇਹ ਸਾਡਾ ਭਾਈਚਾਰਾ ਇਕੱਠਾ ਹੁੰਦਾ ਹੈ। ਇਹ ਸਮਾਗਮ ਭਗਵਾਨ ਵਾਲਮੀਕਿ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਜੁੜਨ ਵਾਸਤੇ ਕਰਵਾਏ ਜਾਂਦੇ ਹਨ। ਸਾਨੂੰ ਸਭ ਨੌਜਵਾਨਾਂ ਨੂੰ ਨਸ਼ੇ ਤਿਆਗਣੇ ਚਾਹੀਦੇ ਹਨ ਅਤੇ ਦੇਸ਼ ਦੇ ਭਲੇ ਲਈ ਸੋਚਣਾ ਚਾਹੀਦਾ ਹੈ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਮੈਂ ਸਰਵਣ ਗਿੱਲ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਪ੍ਰਧਾਨ। ਅੱਜ ਦਾ ਜੋ ਇਹ ਸਤਸੰਗ ਸਮਾਗਮ ਕਰਾਇਆ ਜਾ ਰਿਹਾ, ਇਹ ਸਾਡਾ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਸਲਾਨਾ ਸਤਸੰਗ ਸਮਾਗਮ ਕਰਾਇਆ ਜਾ ਰਿਹਾ। ਔਰ ਐਸੇ ਸਮਾਗਮ ਸਮਾਜ ਨੂੰ ਇਕੱਠਿਆਂ ਕਰਨ ਵਾਸਤੇ, ਮਾਣ ਵਤਾਣ ਭਗਵਾਨ ਵਾਲਮੀਕਿ ਮਹਾਰਾਜ ਦੀਆਂ ਸਿੱਖਿਆਵਾਂ ਦੇ ਨਾਲ ਜੋੜਨ ਵਾਸਤੇ ਕਰਵਾਏ ਜਾਂਦੇ ਹਨ। ਔਰ ਮੈਂ ਨਾਲ ਹੀ ਇੱਕ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਸੀਂ ਜੋ ਲੋਕ ਜਥੇਬੰਦੀ ਨਾਲ ਗਰਦਾਰੀ ਕਰਦੇ ਨੇ ਜਾਂ ਜੋ ਲੋਕ ਆਪਣੀ ਚੌਧਰ ਨੂੰ ਪਗਾਉਣ ਵਾਸਤੇ ਲੋਕਾਂ ਦੇ ਨਾਲ ਧੋਖਾ ਕਰਦੇ ਨੇ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਉਹਨਾਂ ਲੋਕਾਂ ਦਾ ਜਿਹੜਾ ਡਟ ਕੇ ਵਿਰੋਧ ਕਰਦੀ ਆ ਅਤੇ ਆਪਣੇ ਸਮਾਜ ਨੂੰ, ਗਰੀਬਾਂ ਨੂੰ, ਜਿਨ੍ਹਾਂ ਦੀ ਕੋਈ ਸੁਣਵਾਈ ਥਾਣਾ ਜਾਂ ਕਚਹਿਰੀ ਵਿੱਚ ਨਹੀਂ ਕਿਤੇ ਹੁੰਦੀ, ਉਹਨਾਂ ਨੂੰ ਹੋਰੇ ਧੱਕੇ ਨਾਲ ਧੱਕੇ ਨੂੰ ਰੋਕਣ ਦੇ ਵਾਸਤੇ ਜਿਹੜਾ ਉਹਨਾਂ ਗਰੀਬ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀ ਆ। ਔਰ ਜਿੱਥੇ ਵੀ ਕਿਤੇ ਸਮਾਜ ਨੂੰ ਸਾਡੀ ਲੋੜ ਪੈਂਦੀ ਆ, ਅਸੀਂ ਸਮਾਜ ਦੇ ਨਾਲ ਖੜ੍ਹੇ ਹਾਂ। ਔਰ ਨਾਲ ਹੀ ਸਮਾਜ ਨੂੰ ਇੱਕ ਬੇਨਤੀ ਕਰਦੇ ਹਾਂ, ਅੱਜ ਦੇ ਨੌਜਵਾਨ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਆ। ਔਰ ਅਗਰ ਸਮਾਜ ਨੂੰ ਉੱਪਰ ਚੱਕਣਾ, ਅਗਰ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ, ਤਾਂ ਸਾਨੂੰ ਸਾਰਿਆਂ ਨੂੰ ਨਸ਼ੇ ਵਰਗੇ ਲਾਹਣਤਾ ਤੋਂ ਦੂਰ ਹੋ ਕੇ ਵਧੀਆ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਆ। ਕਾਫੀ ਲੰਬੇ ਸਮੇਂ ਤੋਂ ਸਾਡੀ ਜੋ ਜ਼ਿਲ੍ਹਾ ਟੀਮ ਹੈ ਉਹ ਭੰਗ ਸੀ। ਅੱਜ ਇਹ ਸਤਸੰਗ ਸਮਾਗਮ ਦੇ ਦੌਰਾਨ ਅੱਜ ਜ਼ਿਲ੍ਹਾ ਟੀਮ ਦਾ ਵੀ ਗਠਿਤ ਹੋਵੇਗਾ। ਔਰ ਮੈਂ ਤਹਿ ਦਿਲ ਤੋਂ ਪੰਜਾਬ ਪ੍ਰਧਾਨ ਸ਼੍ਰੀ ਸਰਵਣ ਗਿੱਲ ਜੀ ਅਤੇ ਉਹਨਾਂ ਦੀ ਪੰਜਾਬ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਟੀਮ ਨਿਯੁਕਤ ਕਰਨੀ ਆ। ਔਰ ਨਾਲ ਦੀ ਨਾਲ ਹੀ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਸਮਾਜ ਦੇ ਨੌਜਵਾਨਾਂ ਨੂੰ ਜਾਗਰਿਤ ਕੀਤਾ ਜਾ ਰਿਹਾ, ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਸਾਰੇ ਹੀ ਇੱਕ ਹੀ ਪਲੇਟਫਾਰਮ 'ਤੇ ਇਕੱਠੇ ਹੋਈਏ ਔਰ ਆਪਣੇ ਸਮਾਜ ਦੀ ਚੰਗੀ ਸਿਰਜਣਾ ਕਰੀਏ। ਇੰਨਾ ਹੀ ਕਹਿੰਦਾ, ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਜਾਗਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।